ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਅੰਮ੍ਰਿਤ ਬਰਾੜ ਅਤੇ ਤੁਸੀਂ ਦੇਖ ਰਹੇ ਹੋ ਮੇਰਾ ਯੂਟਿਊਬ ਚੈਨਲ ਕੈਨ ਸੌਂਗਸ, ਜਿਸ 'ਤੇ ਮੈਂ ਨਵੇਂ ਪੰਜਾਬੀ ਗਾਣੇ ਅਤੇ ਨਵੀਂ ਪੰਜਾਬੀ ਮੂਵੀਜ਼ ਦੀਆਂ ਅਪਡੇਟਸ ਲਿਆਉਂਦਾ ਰਹਿੰਦਾ ਹਾਂ। ਅਤੇ ਮੈਂ ਅੱਜ ਗੱਲ ਕਰਨ ਜਾ ਰਿਹਾ ਉਸ ਪੰਜਾਬੀ ਮਾਡਲ ਦੀ, ਜਿਸਨੇ ਆਪਣੇ ਪਹਿਲੇ ਹੀ ਗੀਤ ਰਾਹੀਂ ਪੂਰੀ ਪੰਜਾਬੀ ਅਤੇ ਬੋਲੀਵੁੱਡ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ। ਜੀ ਹਾਂ, ਮੈਂ ਗੱਲ ਕਰ ਰਿਹਾ ਸਖੀਆ ਗੀਤ ਦੀ, ਮਾਡਲ ਨੇਹਾ ਮਲਿਕ ਜੀ ਦੀ, ਜਿਨ੍ਹਾਂ ਨੇ ਹੁਣੇ ਹੀ ਆਪਣੀ ਪੰਜਾਬੀ ਡੈਬਿਊ ਮੂਵੀ ਨੂੰ ਸਾਈਨ ਕੀਤਾ ਹੈ, ਜਿਸ ਦਾ ਨਾਂ ਹੈ ਮੁਸਾਫਿਰ। ਨੇਹਾ ਮਲਿਕ ਜੀ ਦੀ ਇਸ ਡੈਬਿਊ ਮੂਵੀ ਵਿੱਚ ਉਹਨਾਂ ਦੇ ਓਪੋਜ਼ਿਟ ਦਿਖਣਗੇ ਹਰਸਿਮਰਨ ਸਿੰਘ ਅਤੇ ਕਰਤਾਰ ਚੀਮਾ। ਵੈਸੇ ਦੇਖਿਆ ਜਾਏ ਤਾਂ ਹਰਸਿਮਰਨ ਸਿੰਘ ਦੀ ਵੀ ਇਹ ਡੈਬਿਊ ਮੂਵੀ ਹੈ। ਆਓ ਅਸੀਂ ਦੇਖਦੇ ਹਾਂ ਨੇਹਾ ਮਲਿਕ ਜੀ ਦੀ ਦੁਆਰਾ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੇ ਗਏ ਮੂਵੀ ਦੇ ਮੋਹਰ ਦੀਆਂ ਕੁਝ ਫੋਟੋਸ ਅਤੇ ਵੀਡੀਓਸ। ਰੈਡੀ ਫੋਰ ਟੇਕ ਰੋਲਿੰਗ ਐਕਸ਼ਨ। ਫਿਲਮ ਮੁਸਾਫਿਰ ਸ਼ਾਟ ਮੁਹੂਰਤ। ਗੁਡ, ਚਲੋ ਜੀ। ਅਤੇ ਅਸੀਂ ਹੁਣ ਇੰਤਜ਼ਾਰ ਕਰ ਰਹੇ ਹਾਂ ਨੇਹਾ ਮਲਿਕ, ਕਰਤਾਰ ਚੀਮਾ ਅਤੇ ਹਰਸਿਮਰਨ ਦੀ ਇਸ ਮੂਵੀ ਦਾ। ਤੁਸੀਂ ਇਸ ਮੂਵੀ ਦੀ ਕਿੰਨੀ ਵੇਟ ਕਰ ਰਹੇ ਹੋ ਸਾਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ, ਅਤੇ ਮੈਂ ਹੁਣ ਜਦ ਚਾਹੁੰਦਾ ਹਾਂ ਅਤੇ ਫਿਰ ਮਿਲਾਂਗੇ ਪੰਜਾਬ ਇਸੇ ਤਰ੍ਹਾਂ ਪੰਜਾਬੀ ਇੰਡਸਟਰੀ ਦੇ ਨਵੇਂ ਅਪਡੇਟਸ ਦੇ ਨਾਲ। ਓਨੀ ਦੇਰ ਲਈ ਸਤਿ ਸ਼੍ਰੀ ਅਕਾਲ।